ਹੈਲੋ एवरीवन ਸਟੱਡੀ 올 ਇਨ ਵਾਂਸ ਆਪ ਸਭ ਦਾ ਸਵਾਗਤ ਹੈ ਅੱਜ ਮੈਂ ਹਾਜ਼ਰ ਹੋਇਆ ਐਸਸੀਆਰਟੀ ਪੰਜਾਬ ਵੱਲੋਂ ਨਿਊ ਨੋਟੀਫਿਕੇਸ਼ਨ ਲੈ ਕੇ ਤਾਂ ਐਸਸੀਆਰਟੀ ਪੰਜਾਬ ਨੇ ਡਿਪਲੋਮਾ ਇਨ ਫਿਜ਼ੀਕਲ ਐਜੂਕੇਸ਼ਨ ਡੀਪੀਈਡ ਸੈਸ਼ਨ 2020-21 ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜੋ ਕਿ 14 ਫਰਵਰੀ 2021 ਨੂੰ ਆਈ ਸੀ ਉਹਦੇ ਵਿੱਚ ਵਾਅਦਾ ਕੀਤਾ ਤੇ ਹੁਣ ਤੁਸੀਂ ਦੁਬਾਰਾ ਤੋਂ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦੀ ਪਲੱਸ 2 ਦੀ ਕੀਤੀ ਹੋਈ ਹੈ ਜਾਂ ਉਹਦੇ ਬਰਾਬਰ ਦੀ ਕੋਈ ਵੀ ਕੁਆਲੀਫਿਕੇਸ਼ਨ ਹੈ ਉਹ ਅਪਲਾਈ ਕਰ ਸਕਦਾ ਹੈ 2 ਸਾਲਾ ਡੀਪੀ ਐਡ ਕੋਰਸ ਲਈ ਅਪਲਾਈ ਕਰ ਸਕਦਾ ਹੈ ਜਿਹਦੇ ਲਈ ਜਰਨਲ ਤੇ ਬੀਸੀ ਕੈਟਾਗਰੀ ਲਈ ਜੋ ਫੀਸ ਹੈ ਉਹ 600 ਰੱਖੀ ਗਈ ਹੈ ਤੇ ਐਸਸੀ ਕੈਟਾਗਰੀ ਲਈ 300 ਹੈ ਐਕਸ ਸਰਵਿਸਮੈਨ ਲਈ ਕੋਈ ਫੀਸ ਨਹੀਂ ਹੈ ਤੇ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਵੈਬਸਾਈਟ ਹੈ www.ssspunjab.organization ਇਹ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਨਲਾਈਨ ਰਜਿਸਟ੍ਰੇਸ਼ਨ ਦੀ ਸਟਾਰਟਿੰਗ ਡੇਟ ਹੈ ਜਿਹੜੀ ਉਹ ਹੈ 1 ਅਪ੍ਰੈਲ ਤੇ 8 ਅਪ੍ਰੈਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਆਨਲਾਈਨ ਐਪਲੀਕੇਸ਼ਨ ਫਾਰਮ ਭਰਨ ਦੀ ਤਾਰੀਖ ਵੀ 1 ਅਪ੍ਰੈਲ ਤੋਂ 8 ਅਪ੍ਰੈਲ ਦੇ ਵਿੱਚ ਵਿੱਚ ਤੁਸੀਂ ਭਰ ਸਕਦੇ ਹੋ ਤੇ ਪੇਮੈਂਟ ਹੈ ਜਿਹੜੀ ਫੀਸ ਭਰਨ ਦੀ ਉਹ ਵੀ 1 ਅਪ੍ਰੈਲ 2021 ਤੋਂ 8 ਅਪ੍ਰੈਲ 2021 ਦੇ ਵਿੱਚ ਵਿੱਚ ਤੁਸੀਂ ਫੀਸ ਜਮ੍ਹਾਂ ਕਰਵਾਉਣੀ ਹੈ ਜਾਂ ਆਨਲਾਈਨ ਪੇਮੈਂਟ ਕਰ ਸਕਦੇ ਹੋ ਮੈਰਿਟ ਲਿਸਟ ਜਿਹੜੀ ਉਹ 12 ਅਪ੍ਰੈਲ 2021 ਨੂੰ ਆ ਜਾਵੇਗੀ ਠੀਕ ਹੈ ਜੋ ਵੀ ਇੱਛੁਕ ਹੈ ਉਹ ਆਨਲਾਈਨ ਅਪਲਾਈ ਕਰ ਸਕਦਾ ਹੈ ਤੇ ਸਬਮਿਟ ਕਰਨ ਤੋਂ ਪਹਿਲਾਂ ਫਾਈਨਲ ਸਬਮਿਟ ਕਰਨ ਤੋਂ ਪਹਿਲਾਂ ਇੱਕ ਵਾਰ ਸਾਰਾ ਡਾਟਾ ਆਪ ਦਾ ਚੈੱਕ ਕਰ ਲੈਣਾ ਤੇ ਬਾਕੀ ਜਿਹੜੇ ਨਿਰਦੇਸ਼ ਨੇ ਉਹ ਤੁਸੀਂ www.ssc.punjab.organization ਦੀ ਵੈਬਸਾਈਟ ਤੇ ਜਾ ਕੇ ਪੜ੍ਹ ਸਕਦੇ ਹੋ ਜਾਂ ਪੜ੍ਹ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾ ਚੁੱਕੀ ਹੈ 16 ਫਰਵਰੀ 2021 ਤੋਂ 2 ਮਾਰਚ 2021 ਤੱਕ ਰਜਿਸਟ੍ਰੇਸ਼ਨ ਜਿਹੜੇ ਕੈਂਡੀਡੇਟ ਕਰਾ ਚੁੱਕੇ ਨੇ ਉਹਨਾਂ ਨੇ ਦੁਬਾਰਾ ਰਜਿਸਟ੍ਰੇਸ਼ਨ ਨਹੀਂ ਕਰਵਾਨੀ ਉਹ ਉਸੇ ਨਾਲ ਹੀ ਤੁਹਾਡਾ ਫਿਲ ਹੋ ਚੁੱਕਿਆ ਫਾਰਮ ਤੇ ਪਹਿਲਾਂ ਜਿਹੜੀ ਨੋਟੀਫਿਕੇਸ਼ਨ ਆਈ ਸੀ ਉਹਦੇ 'ਚ ਕੀ ਕਿਹਾ ਗਿਆ ਸੀ ਕਿ ਪੰਜਾਬੀ 10ਵੀਂ ਪੱਧਰ ਤੇ ਪਾਸ ਹੋਣਾ ਲਾਜ਼ਮੀ ਹੈ ਹੁਣ ਜੇ ਤੁਸੀਂ 10ਵੀਂ ਪੱਧਰ ਤੇ ਪੰਜਾਬੀ ਪਾਸ ਨਹੀਂ ਵੀ ਹੋ ਤਾਂ ਵੀ ਤੁਸੀਂ ਇਦੇ ਲਈ ਅਪਲਾਈ ਕਰ ਸਕਦੇ ਹਾਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਾਂ ਦੈਟਸ ਆਲ ਗਾਇਸ ਜੇ ਵੀਡੀਓ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਧੰਨਵਾਦ